ਸੋ ਮੁੱਖ ਮੰਤਰੀ ਦੇ ਪ੍ਰੋਗਰਾਮ ਦੇ ਵਿੱਚ ਅਧਿਆਪਕਾਂ ਦੇ ਵੱਲੋਂ ਪਲੇਟਾਂ ਖੋਣ ਦੀ ਵੀਡੀਓ ਇੱਕ ਵਾਇਰਲ ਹੋਣ ਦਾ ਮਾਮਲਾ ਸਾਹਮਣੇ ਆਇਆ। ਅਨੁਸ਼ਾਸਨ ਖੀਨਤਾ ਕਰਨ ਦੇ ਇਲਜ਼ਾਮ ਦੇ ਵਿੱਚ 7 ਸਕੂਲ ਪ੍ਰਿੰਸੀਪਲਾਂ ਨੂੰ ਕੀਤਾ ਗਿਆ ਤਲਬ। ਸਾਰਿਆਂ ਨੂੰ 20 ਮਈ ਨੂੰ ਚੰਡੀਗੜ੍ਹ ਪੇਸ਼ ਹੋਣ ਲਈ ਸੰਮਨ ਕੀਤਾ ਗਿਆ ਜਾਰੀ। ਮੁੱਖ ਮੰਤਰੀ ਦੇ ਪ੍ਰੋਗਰਾਮ ਦੇ ਵਿੱਚ ਅਧਿਆਪਕਾਂ ਦੇ ਵੱਲੋਂ ਪਲੇਟਾਂ ਖੋਣ ਦੀ ਇੱਕ ਵੀਡੀਓ ਵਾਇਰਲ ਹੋਣ ਦਾ ਮਾਮਲਾ ਸਾਹਮਣੇ ਆਇਆ। ਅਨੁਸ਼ਾਸਨ ਖੀਨਤਾ ਕਰਨ ਦੇ ਇਲਜ਼ਾਮ ਦੇ ਵਿੱਚ 10 ਮਈ ਨੂੰ ਇਹ ਵੀਡੀਓ ਵਾਇਰਲ ਹੋਈ ਸੀ। 7 ਸਕੂਲ ਪ੍ਰਿੰਸੀਪਲਾਂ ਨੂੰ ਤਲਬ ਕੀਤਾ ਗਿਆ ਤੇ ਸਾਰਿਆਂ ਨੂੰ 20 ਮਈ ਨੂੰ ਚੰਡੀਗੜ੍ਹ ਪੇਸ਼ ਹੋਣ ਦੀ ਸੰਮਨ ਜਿਹੜੇ ਜਾਰੀ ਕੀਤੇ ਗਏ ਨੇ। ਸੋ 10 ਮਈ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਜਦੋਂ ਮੁੱਖ ਮੰਤਰੀ ਦੇ ਪ੍ਰੋਗਰਾਮ ਦੇ ਵਿੱਚ ਅਧਿਆਪਕਾਂ ਦੇ ਵੱਲੋਂ ਪਲੇਟਾਂ ਖੋਣ ਦੀ ਇਹ ਵੀਡੀਓ ਜਿਹੜੀ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਅਨੁਸ਼ਾਸਨ ਖੀਨਤਾ ਕਰਨ ਦੇ ਇਲਜ਼ਾਮ ਲੱਗੇ ਨੇ ਤੇ 7 ਸਕੂਲ ਪ੍ਰਿੰਸੀਪਲਾਂ ਨੂੰ ਤਲਬ ਕੀਤਾ ਗਿਆ ਤੇ 20 ਮਈ ਨੂੰ ਚੰਡੀਗੜ੍ਹ ਦੇ ਵਿੱਚ ਪੇਸ਼ ਹੋਣ ਦੇ ਲਈ ਸੰਮਨ ਵੀ ਜਾਰੀ ਕੀਤੇ ਗਏ ਨੇ। ਸੋ 10 ਮਈ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ। ਵੀਡੀਓ ਆਉਣ ਤੋਂ ਬਾਅਦ ਇਸ ਉੱਤੇ ਨੋਟਿਸ ਲਿਆ ਗਿਆ ਤੇ ਮਾਮਲਾ ਧਿਆਨ ਦੇ ਵਿੱਚ ਆਉਣ ਤੋਂ ਬਾਅਦ ਇਸ ਉੱਤੇ ਹੁਣ ਨਿਰਦੇਸ਼ ਵੀ ਦਿੱਤੇ ਗਏ ਨੇ। ਸੋ 7 ਸਕੂਲ ਪ੍ਰਿੰਸੀਪਲਾਂ ਨੂੰ ਤਲਬ ਕੀਤਾ ਗਿਆ ਤੇ 20 ਮਈ ਨੂੰ ਹੁਣ ਇਹ 7 ਪ੍ਰਿੰਸੀਪਲ ਚੰਡੀਗੜ੍ਹ ਦੇ ਵਿੱਚ ਪੇਸ਼ ਹੋਣਗੇ। ਸੋ ਸੰਮਨ ਇਹਨਾਂ ਨੂੰ ਜਾਰੀ ਹੋ ਚੁੱਕਿਆ ਹੈ। ਪਲੇਟਾਂ ਖੋਣ ਦਾ ਮਾਮਲਾ, ਮੁੱਖ ਮੰਤਰੀ ਦਾ ਇੱਕ ਪ੍ਰੋਗਰਾਮ ਸੀ ਜਿਸ ਵਿੱਚ ਇਹ ਪਲੇਟਾਂ ਖੋਣ ਵਾਲੀ ਗੱਲ ਸਾਹਮਣੇ ਆਈ ਸੀ। ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਬਜ਼ਮ ਸਾਡੇ ਸਹਿਯੋਗੀ ਇਸ ਉੱਤੇ ਜਾਣਕਾਰੀ ਦੇਣ ਲਈ ਸਾਡੇ ਨਾਲ ਮੌਜੂਦ ਨੇ। ਬਜ਼ਮ, ਪੂਰਾ ਮਾਮਲਾ ਕੀ ਹੈ ਉਸ ਬਾਰੇ ਜਾਣਨਾ ਚਾਹਾਂਗੇ। ਇੱਕ ਸਮਾਗਮ ਹੋਇਆ ਸੀਗਾ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ, ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀਡੀਓ ਇੱਕ ਵਾਇਰਲ ਹੋਈ ਸੀ ਕਿ ਲੰਚ ਟਾਈਮ ਦੌਰਾਨ ਜਿਹੜੇ ਕੂਪਨ ਸਿਸਟਮ ਸੀਗੇ ਉਸ ਦੌਰਾਨ ਕਈ ਸਾਰੇ ਅਧਿਆਪਕ ਜਿਹੜੇ ਨੇ, ਪ੍ਰਿੰਸੀਪਲ ਜਿਹੜੇ ਨੇ, ਉਹ ਪਲੇਟਾਂ ਖਿੱਚਦੇ ਨਜ਼ਰ ਆਏ ਸੀਗੇ ਇੱਕ ਦੂਜੇ ਨਾਲ। ਸੋ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਸੀ ਜਿਹਦੇ ਕਰਕੇ ਇੱਕ ਕਾਫੀ ਬਦਨਾਮੀ ਸਰਕਾਰ ਦੀ ਵੀ ਕਹਿ ਲਈਏ, ਕਿਉਂਕਿ ਸਰਕਾਰ ਦੀ ਬਦਨਾਮੀ ਹੋਏਗੀ ਤੇ ਇਸ ਤਰੀਕੇ ਨਾਲ ਉਹਦੇ ਆਪਣੇ ਜਿਹੜੇ ਮੁਲਾਜ਼ਮ ਨੇ ਪਲੇਟਾਂ ਖਿੱਚਣਗੇ, ਪਲੇਟਾਂ ਤੋੜਨਗੇ ਤੇ ਨਾਲ ਦੇ ਨਾਲ ਆਪਸ ਜਿਹੜਾ ਹੈ ਉਹ ਧੱਕਾ ਮੁੱਕੀ ਹੋਣਗੇ। ਤਾਂ ਵੀਡੀਓ ਵਾਇਰਲ ਹੋ ਰਹੀ ਸੀ, ਤੁਸੀਂ ਵੀਡੀਓ ਵੀ ਦੇਖ ਸਕਦੇ ਹੋ ਸਕਰੀਨ ਤੇ। ਤਾਂ ਕਿਤੇ ਨਾ ਕਿਤੇ ਹੁਣ ਇਹ ਵੀਡੀਓ ਮੁਤਾਬਕ ਜਿਹੜਾ ਹੈ ਉਹ 7 ਅਧਿਆਪਕਾਂ ਨੂੰ, 7 ਜਿਹੜੇ ਲੋਕ ਨੇ ਉਹਨਾਂ ਨੂੰ ਤਲਬ ਕਰ ਦਿੱਤਾ ਹੈ ਤੇ 20 ਤਰੀਕ ਨੂੰ ਜਿਹੜਾ ਹੈ ਉਹਨੂੰ ਬੁਲਾਇਆ ਗਿਆ, ਜਿਸ ਦੇ ਵਿੱਚ ਹੁਣ ਦੇਖਣਾ ਹੋਏਗਾ ਕਿ ਕੀ ਸਟ੍ਰਿਕਟ ਐਕਸ਼ਨ ਜਿਹੜਾ ਹੈ ਉਹ ਸਰਕਾਰ ਇਸ ਚੀਜ਼ ਤੇ ਲੈਂਦੀ ਹੈ। ਕਿਉਂਕਿ ਇਸ ਤੋਂ ਸਿਰਫ ਨਾ ਸਿਰਫ ਅਨੁਸ਼ਾਸਨਹੀਨਤਾ ਦਿਖਦੀ ਹੈ, ਇਹ ਉਹ ਅਧਿਆਪਕ ਨੇ ਜਿਹੜੇ ਅਨੁਸ਼ਾਸਨ ਦਾ ਪਾਠ ਜਿਹੜਾ ਹੈ ਉਹ ਸਭ ਨੂੰ ਪੜ੍ਹਾਉਂਦੇ ਨੇ, ਪਰ ਆਪ ਖਾਣੇ ਪਿੱਛੇ ਕਿਵੇਂ ਅਨੁਸ਼ਾਸਨਹੀਨਤਾ ਦਿਖ ਰਹੀ ਹੈ, ਜਿਹਦੇ ਵਿੱਚ ਨਾ ਸਿਰਫ ਇਹਨਾਂ ਦੀ ਆਪਣੀ ਇਮੇਜ ਖਰਾਬ ਹੋ ਰਹੀ ਹੈ, ਡਿਪਾਰਟਮੈਂਟ ਦੀ ਇਮੇਜ ਖਰਾਬ ਹੋ ਰਹੀ ਹੈ, ਪਰ ਨਾਲ ਦੇ ਨਾਲ ਪੰਜਾਬ ਸਰਕਾਰ ਦੀ ਵੀ ਇਮੇਜ ਖਰਾਬ ਹੋ ਰਹੀ ਹੈ। ਤਾਂ ਕਿਤੇ ਨਾ ਕਿਤੇ ਇਸ ਕਰਕੇ ਇੱਕ ਵੱਡਾ ਐਕਸ਼ਨ ਇਨਸੇ ਵੀ ਲਿੱਤਾ ਜਾ ਸਕਦਾ ਜੀ। ਸੋ ਬਿਲਕੁਲ, ਵਾਕਈ ਵੱਡਾ ਮਾਮਲਾ ਹੋ ਸਕਦਾ ਹੈ, ਕਿਉਂਕਿ ਜਿਨ੍ਹਾਂ ਤੋਂ ਵਿਦਿਆਰਥੀ ਸਿੱਖਦੇ ਨੇ, ਜੇਕਰ ਉਹੀ ਇਸ ਤਰੀਕੇ ਦੇ ਨਾਲ ਉਹ ਵੀ ਕਿਸੇ ਵੱਡੇ ਪ੍ਰੋਗਰਾਮ ਦੇ ਵਿੱਚ ਕਰਦੇ ਹੋਏ ਦਿਖਾਈ ਦੇਣਗੇ ਤਾਂ ਆਖਿਰਕਾਰ ਇਹ ਮਾਮਲਾ ਸੁਰਖੀਆਂ ਦੇ ਵਿੱਚ ਹੀ ਹੋਵੇਗਾ। ਬਜ਼ਮ, ਬਿਲਕੁਲ ਇਹ ਮਾਮਲਾ ਜਿਹੜਾ ਹੈ ਉਹ ਸੁਰਖੀਆਂ ਵਿੱਚ ਹੀ ਹੋਵੇਗਾ, ਕਿਉਂਕਿ ਕਈ ਸਾਰੇ ਸਵਾਲ ਜਿਹੜੇ ਚੁੱਕੇ ਜਾਂਦੇ ਨੇ। ਕੱਲ ਤੁਹਾਨੂੰ ਯਾਦ ਹੋਵੇਗਾ ਜਿਸ ਤਰੀਕੇ ਨਾਲ ਇਹ ਸਵਾਲ ਚੁੱਕੇ ਜਾ ਰਹੇ ਸੀ ਕਿ ਕੁੰਡੀ ਕਨੈਕਸ਼ਨ ਥਾਣਿਆਂ 'ਚ ਲੱਗਿਆ ਹੋਇਆ ਜੀ, ਜਿਹੜੇ ਲੋਕ ਚੋਰਾਂ ਨੂੰ ਫੜਦੇ ਨੇ ਜੇ ਉਹੀ ਇਸ ਤਰੀਕੇ ਨਾਲ ਚੋਰੀ ਕਰਨਗੇ ਤਾਂ ਉਹਨਾਂ ਦੇ ਸਵਾਲ ਚੁੱਕੇ ਜਾਣਗੇ। ਜਿਹੜੇ ਅਨੁਸ਼ਾਸਨਹੀਨਤਾ ਦਾ ਪਾਠ ਪੜਾਉਂਦੇ ਨੇ ਤੇ ਉਹ ਜਿਹੜਾ ਇਨਡਿਸਿਪਲਿਨ ਕਰ ਰਹੇ ਨੇ, ਇਸ ਤਰੀਕੇ ਦਾ ਜਿਹੜਾ ਹੈ ਉਹ ਫਸ ਕ੍ਰੀਏਟ ਕਰ ਰਹੇ ਨੇ, ਤਾਂ ਉਹਨਾਂ ਤੇ ਵੀ ਫਿਰ ਉਸੇ ਤਰੀਕੇ ਦਾ ਸਟ੍ਰਿਕਸ਼ਨ ਜਿਹੜਾ ਹੈ ਉਹ ਬਣਦਾ। ਹਾਲਾਂਕਿ ਇਹ ਅਸੀਂ ਨਹੀਂ ਹੁੰਦੇ ਕੋਈ ਕਹਿ ਰਹੇ, ਪਰ ਜਿਹੜੀ ਵੀਡੀਓ 'ਚ ਦੇਖਣ ਨੂੰ ਮਿਲ ਰਿਹਾ ਹੈ ਲੋਕ ਜਿਹੜੇ ਨੇ ਉਹ ਆਹੀ ਸਵਾਲ ਚੁੱਕ ਰਹੇ ਨੇ ਕਿ ਕੀ ਸਹੀਅਤ ਜਿਹੜੀ ਹੈ ਉਹ ਪੰਜਾਬ ਸਰਕਾਰ ਦੀ ਤੇ ਡਿਪਾਰਟਮੈਂਟ ਦੀ ਹੋ ਰਹੀ ਹੈ, ਕਿ ਲੋਕਾਂ ਨੂੰ ਕਿਸ ਤਰੀਕੇ ਨਾਲ ਪਲੇਟਾਂ ਖੋਣੀਆਂ ਪੈ ਰਹੀਆਂ ਨੇ। ਪਰ ਇਹ ਲੋਕ ਕੋਈ ਮਾਮੂਲੀ ਲੋਕ, ਇਹ ਅਧਿਕਾਰੀ ਨੇ, ਇਹ ਸਰਕਾਰ ਦੇ ਨੁਮਾਇੰਦੇ ਨੇ, ਸਰਕਾਰ ਦੇ ਲੋਕ ਨੇ, ਇਹ ਸਰਕਾਰ ਦੇ ਉਹ ਲੋਕ ਨੇ ਜਿਹੜੇ ਕਿ ਬੱਚਿਆਂ ਨੂੰ ਪਾਠ ਪੜ੍ਹਾਉਂਦੇ ਨੇ, ਤੇ ਆਪ ਜਿਹੜੇ ਆਪਣਾ ਪਾਠ ਖਾਣਾ ਦੇਖ ਕੇ ਆਪਣੇ ਦੇਖ ਕੇ ਸਾਨੂੰ ਭੁੱਲ ਬੈਠੇ, ਜਿਹਦੇ ਕਰਕੇ ਹੁਣ ਇਹਨਾਂ ਨੂੰ ਤਲਬ ਕੀਤਾ ਗਿਆ ਜੀ। ਬਿਲਕੁਲ ਬਜ਼ਮ, ਵਾਕਈ ਆਪਣੇ ਆਪ ਦੇ ਵਿੱਚ ਇੱਕ ਵੱਡਾ ਮਾਮਲਾ ਹੋ ਸਕਦਾ। ਬਜ਼ਮ, ਤੁਸੀਂ ਸਾਡੇ ਨਾਲ ਬਣੇ ਰਹੋ।